ਕਨੈਕਟ ਐਫ ਐਮ 'ਤੇ ਜਰਨੈਲ ਬਸੋਤਾ ਵੱਲੋਂ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹਾਲ ਹੀ ਵਿੱਚ ਜਲੰਧਰ ਹਲਕੇ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਦੇ ਨਾਲ, ਜੋ ਮੇਰੇ ਨਾਲ ਲਾਈਨ 'ਤੇ ਨੇ। ਜੀ ਚੰਨੀ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ ਬਸੋਤਾ ਸਾਹਿਬ ਜੀ। ਚੰਨੀ ਜੀ, ਤੁਸੀਂ ਜਲੰਧਰ ਲੋਕ ਸਭਾ ਹਲਕੇ ਤੋਂ ਇਸ ਵਾਰ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ, ਰਾਧਾ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਲਗਭਗ 2.25 ਲੱਖ ਵੋਟਾਂ ਦਾ ਫਰਕ ਸੀ। ਇਹ ਜਿਹੜਾ ਇੰਨੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ, ਇਸ ਦਾ ਕੀ ਰਾਜ਼ ਸੀ? ਐਕਚੁਅਲੀ ਬਸੋਤਾ ਸਾਹਿਬ, ਇੱਕ ਤਾਂ ਲੋਕਾਂ ਦਾ ਪਿਆਰ ਹੁੰਦਾ, ਲੋਕਾਂ ਦੀ ਸੋਚ ਹੁੰਦੀ ਹੈ, ਆਪਣੇ ਤਰੀਕੇ ਨਾਲ ਲੋਕ ਮਨ ਬਣਾ ਕੇ ਵੋਟ ਪਾਉਂਦੇ ਹੈ। ਪਰ ਜੋ ਮੈਨੂੰ ਉੱਥੇ ਦੇਖਣ ਨੂੰ ਮਿਲਿਆ, ਲੋਕਾਂ ਨੇ ਜਦੋਂ ਮੈਂ ਮੁੱਖ ਮੰਤਰੀ ਰਿਹਾ, 111 ਦਿਨ ਜਿਹੜਾ ਮੇਰਾ ਕਾਰਜਕਾਲ ਰਿਹਾ, ਉਹਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ, ਅਤੇ ਜਿੱਥੇ ਵੀ ਮੈਂ ਜਾਂਦਾ ਸੀ ਤਾਂ ਕੋਈ ਨਾ ਕੋਈ, ਹਰ ਕਿਸੇ ਨੂੰ ਟੱਚ ਕੀਤਾ ਹੋਇਆ ਸੀ, ਕੋਈ ਨਾ ਕੋਈ ਕੰਮ ਗਣਾਉਂਦਾ ਸੀ, ਕਿਸੇ ਦਾ ਬਿਜਲੀ ਦਾ ਬਿੱਲ ਮਾਫ਼ ਹੋਇਆ ਸੀ, ਕਿਸੇ ਦਾ ਪਾਣੀ ਦਾ ਮਾਫ਼ ਹੋਇਆ ਸੀ, ਕਿਸੇ ਦਾ ਘਰ ਉਹਦੇ ਨਾਮ ਹੋਇਆ ਸੀ, ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਕੀਤੇ ਸੀ, ਪੈਟਰੋਲ ਡੀਜ਼ਲ ਦੇ ਰੇਟ ਸਸਤੇ ਹੋਏ ਸੀ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਉੱਥੇ, ਅਤੇ ਲੋਕਾਂ ਨੇ ਉਸ ਸਮੇਂ ਨੂੰ ਜਿਹੜਾ ਸਾਹਮਣੇ ਰੱਖ ਕੇ ਵੋਟ ਪਾਈ ਹੈ। ਜੀ, ਕੀ ਇਹ ਰੰਗ ਹੁਣ ਜਿਹੜਾ ਹੁਣ ਜਿਮਨੀ ਚੋਣ ਹੋ ਰਹੀ ਹੈ ਉਸ ਵਿੱਚ ਵੀ ਦੇਖਣ ਨੂੰ ਮਿਲੇਗਾ? ਕਿਉਂਕਿ ਸੁਰਿੰਦਰ ਕੌਰ ਤੁਸੀਂ ਉਮੀਦਵਾਰ ਐਲਾਨ ਦਿੱਤੀ ਹੈ ਅਤੇ ਜਿਮਨੀ ਚੋਣ ਦਾ ਇਸ ਵੇਲੇ ਪ੍ਰਚਾਰ ਜ਼ੋਰਾਂ 'ਤੇ ਹੈਗਾ। ਕੀ ਲੱਗਦਾ ਤੁਹਾਨੂੰ, ਜਿਹੜਾ ਕ੍ਰਿਸ਼ਮਾ ਤੁਸੀਂ ਦਿਖਾਇਆ, ਕੀ ਇਹ ਕ੍ਰਿਸ਼ਮਾ ਜਿਮਨੀ ਚੋਣ ਦੌਰਾਨ ਵੀ ਦੇਖਣ ਨੂੰ ਮਿਲੇਗਾ? ਐਕਚੁਅਲੀ ਜਿੱਥੇ ਮੇਰੇ 111 ਦਿਨ ਦੇ ਕੰਮ ਨੂੰ ਦੇਖਿਆ ਗਿਆ, ਉੱਥੇ ਨਾਲ ਨਾਲ ਇਹ ਵੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ, ਉਹ ਦੋਨੋਂ ਸਰਕਾਰਾਂ, BJP ਦੀ, ਉਹਦੇ ਵੀ ਰਿਜੈਂਟਮੈਂਟ ਹੈ ਲੋਕਾਂ ਦੇ ਵਿੱਚ, ਪੰਜਾਬ ਦੇ ਲੋਕਾਂ 'ਚ। ਇਸੇ ਤਰ੍ਹਾਂ ਜਿਹੜੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬੜਾ ਰੋਸ ਹੈ। ਉਹ ਜਿਹੜਾ ਰੋਸ ਹੈ ਉਹ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਵੀ ਮੈਨੂੰ ਲੱਗਦਾ ਇਸੇ ਤਰ੍ਹਾਂ ਬਰਕਰਾਰ ਆਰ ਕਰਨਗੇ। ਅਤੇ ਦੂਸਰਾ ਇਹ ਹੈ ਕਿ ਅਸੀਂ ਬਹੁਤ ਹੀ ਗ੍ਰਾਸ ਰੂਟ 'ਤੇ ਕੰਮ ਕਰਨ ਵਾਲੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ, ਜਿਹੜੀ 4-5 ਵਾਰ MC ਰਹਿ ਚੁੱਕੀ ਹੈ, ਉਹ ਡਿਪਟੀ ਸੀਨੀਅਰ ਡਿਪਟੀ ਮੇਅਰ ਵੀ ਰਹੀ ਹੈ। ਸੋ ਲੋਕ ਉਹ ਵੀ ਦੇਖਣਗੇ, ਅਤੇ ਦੂਸਰੇ ਪਾਸੇ ਜਿਹੜੇ ਮੁਕਾਬਲੇ ਦੇ ਉਮੀਦਵਾਰ ਹੈ, ਉਹ ਦੋਨੋਂ ਹੀ ਦਲ ਬਦਲੂ ਹੈ। ਇੱਕ ਪਹਿਲਾਂ ਦੇਖੋ, ਹੈਰਾਨੀ ਦੀ ਗੱਲ ਹੈ ਕਿ ਜਿਹੜਾ ਪਿਛਲੀ ਵਾਰੀ BJP ਦਾ ਉਮੀਦਵਾਰ ਸੀ, ਐਤਕੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ। ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ, ਉਹ ਐਤਕੀ BJP ਦਾ ਉਮੀਦਵਾਰ ਹੈ। ਇਸ ਤਰ੍ਹਾਂ ਦੇ ਬਦਲ ਹੋਏ ਹੈ। ਸੋ ਇਹ ਲਾਲਚ ਹੈ ਜਿਹੜਾ, ਇਹ ਚੌਧਰ ਦੀ ਭੁੱਖ ਹੈ ਜਿਹੜੀ, ਔਰ ਜਿਹੜਾ ਇੱਕ ਸਰਕਾਰਾਂ ਤੋਂ ਡਰ ਹੈ, ਇਸ ਕਰਕੇ ਇਹ ਇਸ ਤਰ੍ਹਾਂ ਬਦਲੇ ਹੈ। ਅਤੇ ਇਹਨਾਂ ਦੀਆਂ ਜਿਹੜੀਆਂ ਪਾਰਟੀਆਂ, ਉਹਨਾਂ ਨੇ ਵੀ ਸੋਚਿਆ ਨਹੀਂ ਕਿ ਅਸੀਂ ਜਿਹਨੂੰ ਪਿਛਲੀ ਵਾਰੀ ਹਰਾਇਆ ਸੀ ਅਸੀਂ ਉਸਨੂੰ ਅਪਣਾ ਰਹੇ ਹਾਂ। ਸੋ ਇਹ ਜਿਹੜੀ ਚੀਜ਼ ਹੈ ਦਲ ਬਦਲੂ ਵਾਲੀ, ਇਹ ਵਿਸ਼ੇਸ਼ ਰੋਲ ਪਲੇ ਕਰੇਗੀ, ਅਤੇ ਇਹਨਾਂ ਲੋਕਾਂ ਨੂੰ ਜਿਹੜੀ ਪਬਲਿਕ ਹੈ ਉਹ ਬੁਰੀ ਤਰ੍ਹਾਂ ਨਕਾਰੇਗੀ। ਜੀ, ਕੇਂਦਰ ਦੇ ਵਿੱਚ ਇਸ ਵਾਰ ਜਦੋਂ ਲੋਕ ਸਭਾ ਚੋਣਾਂ ਹੋਈਆਂ, ਤੁਹਾਡੀ ਸਰਕਾਰ ਬਣਨ ਦੀ ਉਮੀਦ ਸੀ, ਲੇਕਿਨ ਬਣਦੀ ਬਣਦੀ ਸਰਕਾਰ ਰਹਿ ਗਈ। ਕੀ ਕਾਰਨ ਹੈ, ਕਿੱਥੇ ਕਮੀ ਰਹੀ? ਐਕਚੁਅਲੀ BJP ਨੇ ਨਾ ਮੀਡੀਆ ਦੇ ਨਾਲ ਮਿਲ ਕੇ ਇੱਕ ਬੜਾ ਭਾਰੀ ਭੁਲੇਖਾ ਰੱਖਿਆ, ਲੋਕਾਂ ਨੂੰ ਉਹਲਾ ਰੱਖਿਆ, 400 ਪਾਰ ਦੀਆਂ ਗੱਲਾਂ ਕਰੀ ਗਏ। ਸਾਰਾ ਮੀਡੀਆ ਜਿਹੜਾ, ਲਗਭਗ ਸਾਰਾ ਕਹਿ ਸਕਦੇ ਹਾਂ, ਲਗਭਗ ਕਹਿ ਸਕਦੇ ਹਾਂ ਸਾਰਾ ਨਹੀਂ, ਉਹਨਾਂ ਨੇ ਪੂਰੀ ਤਰ੍ਹਾਂ ਮੈਨੇਜ ਕੀਤਾ ਹੋਇਆ ਸੀ। ਉਹਨਾਂ ਨੇ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਇਹ ਸਰਕਾਰ ਬਦਲ ਰਹੀ ਹੈ ਲੋਕਾਂ ਨੂੰ। ਜੇ ਇਸ ਤਰ੍ਹਾਂ ਦੀ ਪਹਿਲਾਂ ਲੋਕਾਂ ਨੂੰ ਭਿਣਕ ਪੈ ਜਾਂਦੀ ਕਿ ਇਹ ਸਰਕਾਰ ਬਦਲ ਵੀ ਸਕਦੀ ਹੈ, ਤਾਂ ਨਤੀਜੇ ਹੋਰ ਹੋ ਜਾਣੇ ਸੀ।
ਸੋ ਇਹ ਢੁਕਮਾ ਜਿਹਾ ਜਿਹੜਾ ਢੋਲ ਹੈ ਉਹ ਵਜਾ ਗਏ ਹੈ, ਢੱਕਿਆ ਜਿਹਾ ਢੋਲ। ਅਤੇ ਲੇਕਿਨ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਦੀ ਅਸਲ ਦੇ ਵਿੱਚ ਬੀਜੇਪੀ ਜਿੱਤ ਕੇ ਵੀ ਹਾਰ ਗਈ, ਅਤੇ ਕਾਂਗਰਸ ਪਾਰਟੀ ਜਿਹੜਾ ਆਪਣਾ ਮਨੋਰਥ ਲੈ ਕੇ ਚੱਲੇ ਸੀ ਕਿ ਸੰਵਿਧਾਨ ਨੂੰ ਬਚਾਉਣਾ ਹੈ, ਕਿਉਂਕਿ ਜੇ ਇਹਨਾਂ ਨੂੰ 2/3 ਮੈਜੋਰਟੀ ਮਿਲ ਜਾਂਦੀ ਤਾਂ ਡਿਕਟੇਟਰਸ਼ਿਪ ਹੋ ਜਾਣੀ ਸੀ ਇੱਥੇ, ਅਤੇ ਸੰਵਿਧਾਨ ਵੀ ਬਦਲਿਆ ਜਾਣਾ ਸੀ। ਅਸੀਂ ਆਪਣਾ ਸੰਵਿਧਾਨ ਬਚਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਲੋਕਾਂ ਨੇ ਉਹਨਾਂ ਨੂੰ 2/3 ਮੈਜੋਰਟੀ ਤਾਂ ਕਿਹਾ, ਸਿੰਪਲ ਮੈਜੋਰਟੀ ਵੀ ਨਹੀਂ ਦਿੱਤੀ, ਜਿਹਦੇ ਕਰਕੇ ਕਾਂਗਰਸ ਪਾਰਟੀ ਵੀ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਰਹੀ ਹੈ। ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਹੈ। ਕੀ ਤੁਸੀਂ 7 ਸੀਟਾਂ ਜਿੱਤ ਕੇ ਸੰਤੁਸ਼ਟ ਹੋ ਜਾਂ ਨਹੀਂ? ਨਹੀਂ, ਇਸ ਵਾਰ ਜਿਹੜੇ ਹਾਲਾਤ ਸੀ ਤਾਂ ਘੱਟੋ ਘੱਟ 11 ਸੀਟਾਂ ਅਸੀਂ ਜਿੱਤਣ ਦੀ ਕਦਾਰ 'ਤੇ ਸੀ। 2 ਸੀਟਾਂ ਦਾ ਇੱਕ ਕਿਸਮ ਦੀ ਸੁਨਾਮੀ ਆ ਗਈ, ਇੱਕ ਡਿਫਰੈਂਟ ਲਹਿਰ ਦੇ ਰਾਹੀਂ ਉਹ ਜਿੱਤੀਆਂ ਗਈਆਂ, ਲੇਕਿਨ ਬਾਕੀ ਦੀਆਂ 11 ਕਾਂਗਰਸ ਪਾਰਟੀ ਜਿੱਤ ਸਕਦੀ ਸੀ। ਉਹ ਸਾਡੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਟਿਕਟ ਵੰਡਣ ਦੇ ਵਿੱਚ ਜਾਂ ਮੈਨੇਜਮੈਂਟ ਦੇ ਵਿੱਚ ਕਿਤੇ ਕਮੀ ਰਹੀ ਹੈ, ਅਦਰਵਾਈਜ਼ ਅਸੀਂ ਇਹ ਸੀਟਾਂ ਵੀ ਜਿੱਤ ਸਕਦੇ ਸੀ। ਤੁਸੀਂ ਹਾਂ ਕਿਹਾ, 2 ਸੀਟਾਂ 'ਤੇ ਸੁਨਾਮੀ ਆ ਗਈ। ਉਹ ਸੁਨਾਮੀ ਆਉਣ ਦਾ ਕੀ ਕਾਰਨ ਸੀਗਾ? ਖਡੂਰ ਸਾਹਿਬ ਦੀ ਸੀਟ 'ਤੇ ਤੁਸੀਂ ਕਹਿ ਰਹੇ ਹੋ ਅਤੇ ਫਰੀਦਕੋਟ ਦੀ ਸੀਟ 'ਤੇ ਕਹਿ ਰਹੇ ਹੋ ਜੀ? ਲੋਕਾਂ ਦੀ ਆਪਣੀ ਇੱਕ ਸੋਚ ਹੁੰਦੀ ਹੈ। ਪਹਿਲਾਂ ਵੀ ਇੱਕ ਵਾਰ ਸਿਮਰਜੀਤ ਸਿੰਘ ਮਾਨ ਹੋਰੀ 13 ਦੀਆਂ 13 ਸੀਟਾਂ ਲਗਭਗ ਜਿੱਤ ਗਏ ਸੀ, ਅਤੇ ਉਸੇ ਤਰੀਕੇ ਦੇ ਨਾਲ ਹੁਣ ਵੀ ਜਿੱਤੀਆਂ। ਜਦੋਂ ਜਿਹੜਾ ਪੰਜਾਬੀ ਹੈ ਉਹ ਹਮੇਸ਼ਾ ਧੱਕੇ ਦੇ ਖਿਲਾਫ ਖੜਦਾ ਹੈ, ਜਿਸ ਤਰੀਕੇ ਦਾ ਪਿਛਲੇ ਦਿਨਾਂ ਦੇ ਵਿੱਚ ਧੱਕਾ ਹੁੰਦਾ ਰਿਹਾ, ਉਸ ਧੱਕੇ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਅਤੇ ਦੂਸਰੇ ਆਜ਼ਾਦ ਉਮੀਦਵਾਰ ਨੂੰ ਜਿਤਾਇਆ। ਸੋ ਤੁਸੀਂ ਮੰਨਦੇ ਹੋ ਵੀ ਅੰਮ੍ਰਿਤਪਾਲ ਦੇ ਨਾਲ ਧੱਕਾ ਹੋਇਆ, ਉਹ ਧੱਕੇ ਦੇ ਕਾਰਨ ਹੀ ਉਹਨਾਂ ਨੂੰ ਸੈਂਪਥੀ ਵੋਟ ਹਾਸਲ ਕੀਤੀ ਹੈ ਇੰਨੀ ਵੱਡੀ ਸੰਖਿਆ 'ਤੇ? ਹਾਂਜੀ, ਧੱਕਾ ਤਾਂ ਦੇਖੋ ਇਸ ਤਰ੍ਹਾਂ ਕਿ ਅਟੈਕ ਤਾਂ ਥਾਣੇ ਤੇ ਹੋਇਆ ਸੀ, ਜੇ ਜ਼ਿਆਦਾ ਤੋਂ ਜ਼ਿਆਦਾ ਵੀ ਉਹਨਾਂ ਤੇ ਕੇਸ ਬਣਦਾ ਸੀ ਤਾਂ ਥਾਣੇ ਦੇ ਕਬਜ਼ੇ ਦਾ ਬਣਦਾ ਸੀ। NSA ਦਾ ਜਿਹੜਾ ਕੇਸ ਬਣਾਇਆ ਗਿਆ ਉਹ ਸ਼ਰੇਆਮ ਨਜਾਇਜ਼ ਕੀਤਾ, ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਕੀਤਾ। ਭਗਵੰਤ ਮਾਨ ਦੀ ਇਹ ਬੜੀ ਭਾਰੀ ਗਲਤੀ ਰਹੀ ਹੈ, ਔਰ ਅਜੇ ਵੀ ਉਹ ਇਸੇ ਤਰ੍ਹਾਂ ਗਲਤੀਆਂ ਤੇ ਗਲਤੀਆਂ ਕਰੀ ਜਾ ਰਹੇ, ਲੋਕਾਂ ਦੇ ਫਤਵੇ ਨੂੰ ਮੰਨ ਨਹੀਂ ਰਹੇ। ਤਾਂ ਲੋਕਾਂ ਦਾ ਜਿਹੜਾ ਫਤਵਾ ਉਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਔਰ ਸਿਰ ਮੱਥੇ ਕਰਨਾ ਚਾਹੀਦਾ, ਲੇਕਿਨ ਅਜੇ ਵੀ ਉਹਨਾਂ ਨੇ ਫੇਰ NSA ਵਧਾਤੀ ਹੈ ਜਿਹਦੀ ਕੋਈ ਲੋੜ ਨਹੀਂ ਸੀਗੀ। ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡਾ ਮੁਕਾਬਲਾ ਕਿਸ ਪਾਰਟੀ ਨਾਲ ਹੋਣ ਦੀ ਉਮੀਦ ਹੈ? ਤੁਹਾਡਾ ਕੌਣ ਮੁਕਾਬਲੇਦਾਰ ਹੋਏਗਾ, ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ BJP? ਅਜੇ ਇਹ ਤੁਸੀਂ ਪ੍ਰਡਿਕਟ ਨਹੀਂ ਕਰ ਸਕਦੇ, ਕਿਉਂਕਿ ਕਾਰਨ ਇਹ ਹੈ ਕਿ ਬਹੁਤ ਸਾਰੀ ਉਥਲ ਪਥਲ ਹੋਣ ਦੀ ਸੰਭਾਵਨਾ। ਇਹ ਜਿਹੜੀ ਸਰਕਾਰ ਹੈ ਲੱਗਦਾ ਹੈ ਕਿ ਆਪਣੇ ਵਜਨ ਦੇ ਨਾਲ ਥੋੜ੍ਹੇ ਟਾਈਮ 'ਚ ਗਿਰ ਜਾਣੀ ਹੈ, ਜਿਹੜੀ ਝਾੜੂ ਵਾਲਿਆਂ ਦੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਇੰਨਾ ਲੰਬਾ ਨਹੀਂ ਚੱਲਣਾ ਅਤੇ ਨਾ ਹੀ ਉਹਦੇ 'ਚ ਇੰਨੀ ਕਾਬਲੀਅਤ ਹੈ, ਅਤੇ ਉਹ ਛੇਤੀ ਹੀ ਮੁੱਖ ਮੰਤਰੀ ਤੋਂ ਲੈ ਅਲੱਗ ਹੋ ਜਾਏਗਾ, ਫਿਰ ਨਵੇਂ ਸਮੀਕਰਨ ਬਣ ਗਏ, ਉਸ ਤਰੀਕੇ ਨਾਲ ਸੋਚਿਆ ਜਾਏਗਾ। ਇਹ ਤੁਸੀਂ ਸਿਆਸੀ ਬਿਆਨ ਦੇ ਰਹੇ ਹੋ ਬਿਨਾਂ ਸੋਚੇ ਸਮਝੇ, ਜਾਂ ਕੋਈ ਤੁਹਾਡੇ ਕੋਲ ਅੰਕੜੇ ਨੇ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ? ਇਹੀ ਬਿਆਨ ਪਿੱਛੇ ਅਮਿਤ ਸ਼ਾਹ ਨੇ ਦਿੱਤਾ ਸੀਗਾ। ਮੈਂ ਕਦੇ ਸੋਚੇ ਸਮਝੇ ਬਿਨਾਂ ਬਿਆਨ ਦਿੰਦਾ ਹੀ ਨਹੀਂ ਹੈ, ਅਤੇ ਜੋ ਵੀ ਮੈਂ ਗੱਲ ਕਹਿੰਦਾ ਉਹ ਉਹਦੇ ਪਰ ਮੈਂ ਹਮੇਸ਼ਾ ਖੜ ਜਾਂਦਾ, ਅਤੇ ਇਤਿਹਾਸ ਗਵਾਇਆ ਕਿ ਮੈਂ ਖੜਦਾ ਰਿਹਾ ਉਹਨਾਂ ਗੱਲਾਂ 'ਤੇ, ਅਤੇ ਉਹ ਵਾਪਰਦੀਆਂ ਵੀ ਰਹੀਆਂ, ਅਤੇ ਇਹ ਵੀ ਅਗਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਵਾਪਰੇਗਾ। ਪਰ ਚੰਨੀ ਜੀ, ਤੁਸੀਂ ਕਿਹਾ ਕਿ ਮੈਂ ਬਿਨਾਂ ਸੋਚੇ ਸਮਝੇ ਕੋਈ ਗੱਲ ਹੀ ਕਰਦਾ, ਪਰ ਕਈ ਵਾਰੀ ਤੁਸੀਂ ਇਹੋ ਜਿਹੀਆਂ ਹਰਕਤਾਂ ਕਰ ਜਾਂਦੇ ਹੋ, ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਬੀਬੀ ਜਗੀਰ ਕੌਰ ਦੇ ਠੋਡੀ ਨੂੰ ਹੱਥ ਲਾਉਣ ਦਾ ਉਹ ਕਾਫੀ ਵਿਵਾਦ ਛਿੜ ਗਿਆ ਸੀਗਾ ਜੀ। ਨਹੀਂ, ਮੈਂ ਕੋਈ
ਫਿਰ ਕਹਿਣਾ ਮੈਂ ਸੋਚੇ ਸਮਝੇ ਬਿਨਾ ਗੱਲ ਨਹੀਂ ਕਰਦਾ। ਮੈਂ ਉਹਨਾਂ ਨੂੰ ਸਤਿਕਾਰ ਦਿੱਤਾ ਸੀ, ਝੁੱਕ ਕੇ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਸੀ। ਸਾਡੇ ਘਰਾਂ ਦੇ ਵਿੱਚ ਰਿਵਾਜ਼ ਹੈ, ਆਪਣੀ ਮਾਂ ਭੈਣ ਨੂੰ ਇੱਜ਼ਤ ਦੇਣ ਵਾਸਤੇ ਠੋਡੀ ਦੇ ਥੱਲੇ ਹੱਥ ਲਗਾਇਆ ਜਾਂਦਾ। ਉਸ ਤਰੀਕੇ ਨੂੰ ਉਹਨੂੰ ਗਲਤ ਤਰੀਕੇ ਨਾਲ ਮੋੜ ਦਿੱਤਾ ਗਿਆ ਹੋਵੇ ਤਾਂ ਇਹ ਮੇਰਾ ਕਸੂਰ ਨਹੀਂ ਹੈ। ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਉਹਨਾਂ ਵਾਸਤੇ ਸ਼ਰਮਨਾਕ ਹੈ। ਮੈਂ ਉਹਨਾਂ ਨੂੰ ਅੱਜ ਵੀ ਇੱਜ਼ਤ ਦਿੰਦਾ, ਪਹਿਲਾਂ ਵੀ ਇੱਜ਼ਤ ਦਿੱਤੀ ਸੀ ਅਤੇ ਅੱਗੇ ਨੂੰ ਵੀ ਦਿੰਦਾ ਰਹਾਂਗਾ। ਬੀਜੇਪੀ ਦਾ ਜਿਹੜੀ ਵੋਟ ਸ਼ੇਅਰਿੰਗ ਹੈ ਬੜੀ ਤੇਜ਼ੀ ਨਾਲ ਵਧੀ ਹੈ। ਆ ਤੁਸੀਂ ਜਿਹੜੀਆਂ ਤੁਹਾਡੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ, ਜਿਹੜਾ ਵੋਟ ਸ਼ੇਅਰਿੰਗ ਸੀ ਬਹੁਤ ਤੇਜ਼ੀ ਨਾਲ ਅੱਗੇ ਆਇਆ, ਅਤੇ ਇਸ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ? ਕੀ ਕਾਰਨ ਨੇ ਇਸ ਦੇ, ਜਿਹੜੀ ਬੀਜੇਪੀ ਦੀ ਵੋਟ ਸ਼ੇਅਰਿੰਗ ਦਾ ਵਧਣਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਿਲਕੁਲ ਥੱਲੇ ਆਉਣਾ? ਦੇਖੋ, ਬੀਜੇਪੀ ਨੇ ਇੱਕ ਤਾਂ ਪੈਸਾ ਬਹੁਤ ਯੂਜ਼ ਕੀਤਾ ਹੈ ਇਸ ਇਲੈਕਸ਼ਨ ਦੇ ਵਿੱਚ, ਦੂਸਰਾ ਪੋਲਰਾਈਜੇਸ਼ਨ ਹਿੰਦੂ ਵੋਟ ਦੀ ਬਹੁਤ ਕੀਤੀ ਹੈ। ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ, ਮਤਲਬ ਸੈਕੂਲਰ ਸੋਚ ਦੇ ਨਾਲ, ਜਿਹੜਾ ਸਾਡਾ ਕੰਸਟੀਟਿਊਸ਼ਨ ਕਹਿੰਦਾ ਉਸ ਤਰ੍ਹਾਂ ਇਲੈਕਸ਼ਨ ਨਹੀਂ ਲੜਿਆ ਗਿਆ। ਇਹ ਕਮਿਊਨਲ ਫੋਰਸਿਸ ਨੂੰ ਅੱਗੇ ਲਿਆ ਕੇ ਇਲੈਕਸ਼ਨ ਲੜਿਆ ਗਿਆ, ਕਮਿਊਨਲ ਗੱਲਾਂ ਕਰਕੇ ਇਲੈਕਸ਼ਨ ਲੜਿਆ ਗਿਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਲਈ ਵੀ ਘਾਤਕ ਹੈ। ਸੋ ਇਹ ਮੈਕਸੀਮਮ ਜਿੰਨੀ ਚਰਮ ਸੀਮਾ 'ਤੇ ਉਹ ਜ਼ਿਆਦਾ ਵੋਟ ਲੈ ਜਾ ਸਕਦੇ ਸੀ ਨਾਅਰੇ ਦੇ ਕੇ, ਉਨੀ ਉਹ ਵੋਟ ਲੈ ਗਏ ਹੈ। ਇਸ ਤੋਂ ਜ਼ਿਆਦਾ ਬੀਜੇਪੀ ਦਾ ਪੰਜਾਬ 'ਚ ਵਧਣਾ ਮੁਸ਼ਕਿਲ ਹੈ। ਤੁਸੀਂ ਹੁਣ ਦੇਖੋਗੇ ਜਿਹੜਾ ਬਾਈ ਇਲੈਕਸ਼ਨ ਹੋਣਾ, ਇਹਦੇ 'ਤੇ ਉਹਨਾਂ ਦੀ ਵੋਟ ਸ਼ੇਅਰ ਹੈ ਜਿਹੜਾ ਉਹ ਮੁੜ ਕੇ 10-15% ਦੇ ਵਿੱਚ ਆ ਜਾਏਗਾ, ਅਤੇ ਅਗਲੇ ਬਾਈ ਇਲੈਕਸ਼ਨ ਦੇ ਵਿੱਚ ਹੋਰ ਵੀ ਘਟੇਗਾ। ਅਤੇ ਜਿਹੜੀ ਅਸੈਂਬਲੀ ਚੋਣ ਹੈ ਉਹਦੇ ਨਤੀਜੇ ਪਾਰਲੀਮੈਂਟ ਦੀ ਚੋਣ ਨਾਲ ਪੱਖ ਨਿਕਲਣਗੇ। ਉਹਨਾਂ ਨੇ ਹਿੰਦੂ ਨੂੰ ਪੋਲਰਾਈਜ਼ ਕਰਕੇ ਮੋਦੀ ਦੇ ਨਾਮ 'ਤੇ ਅਤੇ ਭਗਵਾਨ ਰਾਮ ਦੇ ਨਾਮ 'ਤੇ ਵੋਟ ਲਈ ਹੈ, ਜਿਹੜੀ ਕਿ ਸਾਡਾ ਕੰਸਟੀਟਿਊਸ਼ਨ ਅਲਾਓ ਨਹੀਂ ਕਰਦਾ। ਅਤੇ ਲੇਕਿਨ ਇਹ ਅਸੈਂਬਲੀ ਦੇ ਵਿੱਚ ਇਹ ਸੀਨ ਨਹੀਂ ਰਹੇਗਾ। ਹੁਣ ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਨੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਪੰਜਾਬ 'ਚ ਤੁਹਾਡੇ ਗੜ੍ਹ ਵਿੱਚ ਕੀਲਾ ਗੜ੍ਹਤਾ, ਕਹਿੰਦੇ ਕਿਵੇਂ ਵੇਖ ਰਹੇ ਹੋ ਇਸ ਨੂੰ? ਸਾਡੇ ਘਰ 'ਚ ਕਾਹਦਾ ਕੀਲਾ ਹੈ? ਮੈਂ ਕਹਿੰਦਾ ਜੀ, ਸਾਡਾ ਜਿੰਨਾ ਫਾਇਦਾ ਕੀਤਾ, ਜਿੰਨਾ ਫਾਇਦਾ ਪੰਜਾਬ ਦੇ ਵਿੱਚ, ਬੀਜੇਪੀ ਦਾ ਜਿੰਨਾ ਨੁਕਸਾਨ ਹੋਇਆ, ਇੰਨਾ ਕਦੇ ਵੀ ਨਹੀਂ ਹੋਣਾ। ਸਾਨੂੰ ਤਾਂ ਫਾਇਦਾ ਹੋ ਗਿਆ ਇਹਦਾ। ਜਿਹੜਾ ਸੁਨੀਲ ਜਾਖੜ ਕਹਿ ਰਿਹਾ ਸੀ ਕਿ ਮੈਨੂੰ ਹਿੰਦੂ ਹੋਣ ਕਰਕੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਨਹੀਂ ਬਣਾਇਆ, ਅੱਜ ਮੈਂ ਉਹਨੂੰ ਪੁੱਛਣਾ ਚਾਹੁੰਦਾ ਹੈ ਕਿ ਅੱਜ ਤੈਨੂੰ ਕਿਆ ਜਾਟ ਹੋਣ ਕਰਕੇ ਨਹੀਂ ਬਣਾਇਆ? ਅੱਜ ਤੂੰ ਹਿੰਦੂ ਨਹੀਂ ਹੈ, ਫਿਰ ਤੈਨੂੰ ਹੁਣ ਕਿਉਂ ਨਹੀਂ ਕੰਸੀਡਰ ਕੀਤਾ ਗਿਆ? ਹਾਰਿਆ ਹੋਇਆ ਬਿੱਟੂ ਸੀਗਾ, ਹਾਰਿਆ ਹੋਇਆ ਤੂੰ ਹੈ, ਤੂੰ ਭਾਈ ਇੱਥੇ ਦਾ ਪ੍ਰਧਾਨ ਵੀ ਹੈ, ਫਿਰ ਤੈਨੂੰ ਕਿਉਂ ਮੁੱਖ ਮੰਤਰੀ ਨਹੀਂ ਬਣਾਇਆ ਗਿਆ? ਆਈਡੀਓਲੋਜੀਕਲੀ ਬੀਜੇਪੀ ਨੇ ਉਲਟ ਸਟੈਂਡ ਲਿਆ, ਅਤੇ ਬਿੱਟੂ ਜਿਹੜਾ ਜੇ ਉਹਨੂੰ ਸਿੱਖ ਹੋਣ ਦੇ ਨਾਤੇ ਬਣਾਇਆ ਗਿਆ ਤਾਂ ਉਹ ਕਦੇ ਵੀ ਸਿੱਖਾਂ ਦੇ ਨਾਲ ਨਹੀਂ ਖੜਿਆ। ਉਹਨੇ ਹਮੇਸ਼ਾ ਏਜੰਸੀਆਂ ਦੇ ਨਾਲ ਮਿਲ ਕੇ ਸਿੱਖ ਕੌਮ ਦੇ ਹਮੇਸ਼ਾ ਉਲਟ ਸਟੈਂਡ ਲਿਆ, ਅਤੇ ਇਹਦੇ ਨਾਲ ਸਿੱਖ ਕੌਮ ਨੂੰ ਜ਼ਿਆਦਾ ਦੁੱਖ ਪਹੁੰਚਿਆ, ਨਾ ਕਿ ਉਹਨਾਂ ਨੂੰ ਕੋਈ ਖੁਸ਼ੀ ਹੋਈ ਹੈ, ਨਾ ਹੀ ਕਿਸੇ ਹੋਰ ਕੌਮ ਨੂੰ ਜਾਂ ਕਿਸਾਨਾਂ ਨੂੰ ਖੁਸ਼ੀ ਮਿਲੀ, ਕਿਉਂਕਿ ਉਹ ਕਿਸਾਨਾਂ ਦੇ ਵੀ ਖਿਲਾਫ ਬੋਲਦਾ ਰਿਹਾ। ਸੋ ਇਹ ਅਸਲ ਦੇ ਵਿੱਚ ਐਂਟੀ ਸਿੱਖ ਔਰ ਐਂਟੀ ਕਿਸਾਨ, ਉਹ ਉਸਦਾ ਚਿਹਰਾ ਅੱਗੇ ਲਿਆਂਦਾ ਗਿਆ, ਜਿਹੜਾ ਕਿ ਚੜਾਇਆ ਗਿਆ ਪੰਜਾਬ ਨੂੰ, ਨਾ ਕਿ ਖੁਸ਼ ਕੀਤਾ ਗਿਆ। ਜਲੰਧਰ 'ਚ ਜਿਮਨੀ ਚੋਣ ਜਿੱਤਣ ਦੇ ਲਈ ਹੁਣ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸਾਰੀਆਂ ਪਾਰਟੀਆਂ ਨੇ, ਭਗਵੰਤ ਮਾਨ ਨੇ ਤਾਂ ਖੁਦ ਜਲੰਧਰ 'ਚ ਡੇਰੇ ਲਾ ਲਏ ਨੇ। ਸੋ ਕੀ ਖਾਸ ਯਤਨ ਕਰ ਰਹੇ ਹੋ ਤਾਂ ਕਿ ਤੁਸੀਂ ਤੁਹਾਡੀ ਵਿਨ ਵਿਨ ਸਿਚੁਏਸ਼ਨ ਹੋਵੇ? ਐਕਚੁਅਲੀ ਲੋਕ ਆਪ ਮੁਹਾਰੇ ਵੋਟ ਆਮ ਆਦਮੀ ਪਾਰਟੀ ਦੇ ਬੀਜੇਪੀ ਦੇ ਖਿਲਾਫ ਕਰ ਰਹੇ ਹੈ,
ਅਸੀਂ ਸਿਰਫ ਉਹਨਾਂ ਨੂੰ ਫੈਸਿਲੀਟੇਟ ਕਰਨਾ ਹੈ, ਅਸੀਂ ਉਹਨਾਂ ਨੂੰ ਸਿਰਫ ਆਰਗੇਨਾਈਜ਼ ਕਰਨਾ ਹੈ। ਲੋਕ ਬਹੁਤ ਦੁਖੀ ਹੋ ਚੁੱਕੇ ਉਸ ਏਰੀਏ ਦੇ ਵਿੱਚ, ਤੁਸੀਂ ਹੈਰਾਨ ਮੰਨੋਗੇ ਕਿ ਗੰਦਾ ਪਾਣੀ ਪੀਣ ਲਈ ਆਉਂਦਾ ਹੈ, ਤੇ ਟੂਟੀਆਂ ਦੇ ਵਿੱਚ ਬਿਲਕੁਲ ਗੰਦਾ ਪਾਣੀ ਆ ਰਿਹਾ। ਕੱਲ੍ਹ ਵੀ ਐਜੀਟੇਸ਼ਨ ਹੋਇਆ, ਤੇ ਜਿਹੜਾ ਸੀਵਰੇਜ ਹੈ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਘੁੰਮਦਾ। ਮੈਂ ਗਲੀਆਂ ਦੇ ਵਿੱਚ ਘੁੰਮਿਆ ਸੀਵਰੇਜ ਦੇ ਪਾਣੀ, ਗੰਦੇ ਪਾਣੀ ਦੇ ਵਿੱਚ ਆਪਣੇ ਪੈਦਲ। ਸੋ ਲੋਕਾਂ ਨੇ ਇਹਨਾਂ ਨੂੰ ਉੱਥੇ ਨਕਾਰਨਾ, ਬੁਰੀ ਤਰ੍ਹਾਂ ਨਕਾਰਨਾ। 2 ਸਾਲਾਂ ਦੇ ਵਿੱਚ ਇਹ ਜਲੰਧਰ ਦੀ ਸਫਾਈ ਵੀ ਨਹੀਂ ਕਰਾ ਸਕੇ। ਹੋਰ ਤਾਂ ਇਹਨਾਂ ਨੇ ਕਰਨਾ ਹੀ ਕਿਹਾ ਸੀ, 1 ਰੁਪਈਆ ਵੀ ਜਲੰਧਰ ਦੇ ਵਿੱਚ ਨਹੀਂ ਗਿਆ। 1.5 ਸਾਲ ਤੋਂ ਡੈਮੋਕ੍ਰੇਟਿਕ ਸਿਸਟਮ ਬੰਦ ਹੋਇਆ ਹੋਇਆ, ਉੱਥੇ ਦੁਬਾਰੇ ਚੋਣ ਨਹੀਂ ਕਰਾਈ। ਉੱਥੇ ਮੇਅਰ ਔਰ ਜਿਹੜੇ ਕਾਰਪੋਰੇਸ਼ਨ ਦਾ ਡੈਮੋਕ੍ਰੇਟਿਕ ਸਿਸਟਮ ਹੈ, ਖਤਮ ਕੀਤਾ ਹੋਇਆ। ਇਸ ਲਈ ਲੋਕਾਂ ਨੇ ਇਹਨੂੰ ਨਕਾਰਨਾ ਹੈ। ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈਗੀ ਹੈ। ਇਹ ਕਹਿੰਦੇ ਹੈ ਵੀ ਜਿਹੜਾ ਕਾਂਗਰਸ ਦਾ ਪੰਜਾਬ ਇਕਾਈ ਦਾ ਪ੍ਰਧਾਨ ਹੈ, ਉਸ ਨੂੰ ਵੀ ਬਦਲੇ ਜਾਣ ਦੀ ਸੰਭਾਵਨਾ, ਹੋਰ ਵੀ ਕਈ ਤਬਦੀਲੀ ਆਉਣ ਦੀ ਸੰਭਾਵਨਾ, ਕਿਵੇਂ ਵੇਖ ਰਹੇ ਹੋ ਤੁਸੀਂ ਇਸ ਨੂੰ? ਬਸੋਤਾ ਸਾਹਿਬ, ਤੁਸੀਂ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਤੋਂ ਹੀ ਪਤਾ ਲੱਗਿਆ ਮੈਨੂੰ ਵੀ ਇਸ ਤਰ੍ਹਾਂ ਹੋਣ ਦੀ ਸੰਭਾਵਨਾ, ਪਰ ਮੈਨੂੰ ਅਜੇ ਇਹਦੇ ਬਾਰੇ ਕੋਈ ਖਾਸ ਨੌਲੇਜ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਸੋਚ ਮੈਨੂੰ ਪਤਾ ਨਹੀਂ ਲੱਗੀ। ਅਤੇ ਅਕਸਰ ਮੀਡੀਆ ਵਾਲੇ ਕਹਿੰਦੇ ਨੇ ਕਿ ਚਰਨਜੀਤ ਚੰਨੀ ਨੂੰ ਸੁਰਖੀਆਂ 'ਚ ਰਹਿਣ ਦੀ ਬਹੁਤ ਆਦਤ ਹੈ, ਅਤੇ ਉਸ ਨੂੰ ਪਤਾ ਵੀ ਕਿਵੇਂ ਸੁਰਖੀਆਂ 'ਚ ਰਹਿਣਾ ਹੈ, ਲੇਕਿਨ ਐਤਕੀ ਇਲੈਕਸ਼ਨ ਦੇ ਦੌਰਾਨ ਤੁਸੀਂ ਬੜਾ ਬੋਝ ਕੇ ਕਦਮ ਚੁੱਕਿਆ ਹੈਗਾ, ਕੇਵਲ ਦੇ ਕੇਵਲ ਜਿਹੜਾ ਠੋਡੀ ਨੂੰ ਹੱਥ ਲਾਇਆ ਉਹ ਤਾਂ ਤੁਸੀਂ ਸਾਰੀ ਗੱਲ ਕਲੀਅਰ ਕਰ ਹੀ ਦਿੱਤੀ ਹੈ, ਅਤੇ ਖਾਸ ਕਰਕੇ ਜਦੋਂ ਪਿਛਲੀਆਂ ਚੋਣਾਂ ਸੀਗੀਆਂ ਅਤੇ ਤੁਹਾਡੀ ਬੱਕਰੀ ਦੀ ਬੜੀ ਚਰਚਾ ਹੋਈ ਹੈ, ਉਹ ਬੱਕਰੀ ਅੱਜ ਕੱਲ੍ਹ ਕਿੱਥੇ ਹੈ? ਉਹ ਯਾਰ ਇੱਕ ਗਾਣਾ ਹੈ ਕਿ ਮਾੜੀ ਹੋਈ ਅਮਲੀ ਨਾਲ ਚੁੰਗੀ ਬੱਕਰੀ ਬੜਾ ਦਾ ਡਾਕੂ। ਯਾਰ ਮੈਂ ਹੁਣ ਬੱਕਰੀ ਚੋਲੀ ਦਾ ਕਿਆ ਹੋ ਗਿਆ ਦੱਸੋ, ਮੈਂ ਤਾਂ ਹੈਰਾਨ। ਕਿਸੇ ਨੇ ਟੁੱਟ ਲਿਆ, ਇਲੈਕਸ਼ਨ ਤੋਂ ਬਾਅਦ ਹੋਈ ਹੈ ਉਹ ਗੱਲ। ਔਰ ਗੱਲ ਇਹ ਹੈ ਕਿ ਅਸੀਂ ਗਰੀਬ ਘਰਾਂ ਦੇ ਮੁੰਡੇ ਬੱਕਰੀਆਂ ਚੁੰਗ ਕੇ ਬੜੇ ਹੋਏ ਹੈ, ਤਾਂ ਕਿਆ ਹੋ ਗਿਆ ਜੇ ਬੱਕਰੀ ਚੋਵੀ ਲਈ? ਮੈਂ ਤਾਂ ਹੈਰਾਨ ਹੈ ਇਸ ਗੱਲ ਤੇ, ਇਸੇ ਗੱਲ ਨੂੰ ਬੜਾ ਚਮਕਾਇਆ। ਪਰ ਚੰਗੀ ਗੱਲ ਹੈ, ਮੇਰੀ ਤਾਂ ਮਸ਼ਹੂਰੀ ਹੋ ਰਹੀ ਹੈ। ਆਖਰੀ ਸਵਾਲ ਹੈ, ਹੋਰ ਮੈਨੂੰ ਕਿੰਨੇ ਪਤਾ ਕਰਦੇ ਤੁਸੀਂ ਕਸਮ ਬਹੁਤ ਖਾ। ਬਿਜ਼ੀ ਹੋ, ਅਤੇ ਆਖਰੀ ਸਵਾਲ ਹੈਗਾ, ਅਤੇ ਆਪਣੇ ਦਿਲ ਦੀ ਗੱਲ ਸਾਡੇ ਵਿਦੇਸ਼ਾਂ 'ਚ ਤੁਹਾਡੀ ਗੱਲਬਾਤ ਨੂੰ ਬਹੁਤ ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ? ਮੈਂ ਖਾਸ ਤੌਰ ਤੇ NRI ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਜਲੰਧਰ ਦੇ ਵਿੱਚ ਜਾ ਕੇ ਦੇਖਿਆ ਕਿ ਤੁਹਾਡਾ ਕਿੰਨੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ, ਖਾਸ ਤੌਰ ਤੇ ਦੁਆਬੇ ਨੂੰ ਡਿਵੈਲਪ ਕਰਨ ਵਾਸਤੇ। ਹਰ ਪਿੰਡ ਦੇ ਲੋਕਾਂ ਨੇ ਸਾਨੂੰ ਮੈਨੂੰ ਕੋਈ ਨਾ ਕੋਈ ਜਗ੍ਹਾ ਦਿਖਾਈ ਜਾਂ ਕੋਈ ਨਾ ਕੋਈ ਕੰਮ ਦਿਖਾਇਆ ਜਿਹੜਾ NRI ਨੇ ਕੀਤਾ ਹੋਇਆ। ਤੁਸੀਂ ਦੁਆਬੇ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਵੱਡੀ ਕੰਟਰੀਬਿਊਟ ਕੀਤਾ ਹੈ। ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਤੇ ਮੈਂ ਅੱਗੇ ਨੂੰ ਵੀ ਉਮੀਦ ਕਰਦਾ, ਕਿਉਂਕਿ ਜਿਹੜਾ ਵੀ ਬਾਹਰ ਸਾਡਾ ਪ੍ਰਵਾਸੀ ਬਣ ਕੇ ਸਾਡਾ, ਕਿਉਂਕਿ ਪੰਜਾਬ ਨੂੰ ਪ੍ਰਵਾਸ ਦੀ ਆਦਤ ਸਮੇਂ ਤੋਂ ਆਦਤ ਹੈ। ਮੇਰੇ ਪਿਤਾ ਜੀ ਵੀ ਕਾਫੀ ਦੇਰ ਮਲੇਸ਼ੀਆ ਦੇ ਵਿੱਚ ਰਹਿ ਕੇ ਆਏ ਜਦੋਂ ਬਚਪਨ ਤੋਂ ਲੈ ਕੇ ਜਵਾਨ ਹੋਏ। ਤੇ ਜਿਹੜਾ ਵੀ ਬੰਦਾ ਬਾਹਰ ਰਹਿੰਦਾ ਹੈ ਉਹ ਆਪਣੇ ਪਿੰਡ ਬਾਰੇ ਲੋਚਦਾ, ਆਪਣੇ ਸੂਬੇ ਬਾਰੇ ਲੋਚਦਾ ਤੇ ਆਪਣੇ ਦੇਸ਼ ਬਾਰੇ ਲੋਚਦਾ। ਸੋ ਇਹ ਜਿਹੜੀ ਪ੍ਰਵਿਰਤੀ ਤੁਹਾਡੇ ਵਿੱਚ ਹੈ ਇਹ ਸਰਾਹਨੀਆ ਹੈ, ਮੈਂ ਇਸ ਦਾ ਸਵਾਗਤ ਕਰਦਾ। ਤੇ ਮੈਂ ਤੁਹਾਨੂੰ ਇੱਕ ਗੱਲ ਇਨਸ਼ੋਰ ਕਰਦਾ ਕਿ ਤੁਹਾਡਾ ਰਿਪ੍ਰੈਜੈਂਟੇਟਿਵ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਦੇ ਦੁਆਬੇ ਦੇ ਵਿੱਚ ਬੈਠਾ ਹੈ। ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਵੈਸੇ ਤਾਂ ਨਾ ਆਵੇ, ਜੇ ਆਉਂਦੀ ਹੈ ਤੁਹਾਡੀ ਪ੍ਰੋਪਰਟੀ ਨੂੰ ਕੋਈ ਟੱਚ ਕਰਦਾ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਦਿੱਕਤ ਹੈ ਤਾਂ ਤੁਸੀਂ ਮੈਨੂੰ ਪਲੀਜ਼, ਮੇਰਾ ਟੈਲੀਫੋਨ ਹਰ ਟਾਈਮ ਖੁੱਲ੍ਹਾ ਰਹਿੰਦਾ ਹੈ। ਬਸੋਤਾ ਜੀ ਮੇਰੇ ਪੁਰਾਣੇ ਦੋਸਤ ਹੈ ਔਰ ਬੜੇ ਹੀ ਸਮਾਜ ਸੇਵੀ ਹੈ, ਇਹਨਾਂ ਨੇ ਇੱਥੇ ਵੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ, ਅੱਜ ਤੁਹਾਡੀ ਕਰ ਰਹੇ, ਇਹਨਾਂ ਕੋਲ ਮੇਰਾ ਨੰਬਰ ਹੈ, ਤੁਸੀਂ ਮੈਨੂੰ ਸੰਪਰਕ ਕਰੋ।
ਤੇ ਮੈਂ ਤੁਹਾਡਾ ਇੱਕ ਨੁਮਾਇੰਦਾ ਬਣ ਕੇ ਇੱਥੇ ਕੰਮ ਕਰਾਂਗਾ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਹਰ ਪਿੰਡ ਦੇ ਵਿੱਚ ਜਦ ਵੀ ਮੈਂ ਗਿਆ ਤਾਂ ਕਿਸੇ ਨਾ ਕਿਸੇ NRI ਦਾ ਮੈਨੂੰ ਰੈਫਰੈਂਸ ਮਿਲਿਆ ਕਿ ਸਾਨੂੰ ਉਹਨਾਂ ਨੇ ਟੈਲੀਫੋਨ ਕੀਤਾ, ਅਸੀਂ ਤੁਹਾਨੂੰ ਵੋਟਾਂ ਪਾਉਣੀਆਂ। ਤੁਸੀਂ ਮੈਨੂੰ ਜਿਤਾਇਆ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ, ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗੇਗਾ। ਮੈਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ ਤੇ ਜਲੰਧਰ ਰਹਿ ਕੇ ਲੋਕਾਂ ਦੀ ਸੇਵਾ ਕਰਾਂਗਾ। ਤੇ ਜਲੰਧਰ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਜੋ ਮੁੱਦੇ ਹੈ, ਜਿਹੜੇ ਕਿ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਹੈ, ਜਿਹੜਾ ਜਿਹਦੇ ਵਾਸਤੇ ਪੰਜਾਬ ਪ੍ਰਫੁੱਲਿਤ ਹੋਵੇ, ਜਿਹਦੇ ਵਾਸਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ, ਮੈਂ ਉਹ ਮੁੱਦੇ ਉੱਥੇ ਜਿਨ੍ਹਾਂ ਦੀ ਇੰਪੋਰਟੈਂਸ ਹੈ ਉਹਨਾਂ ਨੂੰ ਉੱਥੇ ਉਠਾਊਂਗਾ। ਔਰ ਬਿਨਾਂ ਕਿਸੇ ਡਰ ਔਰ ਖੌਫ ਤੋਂ ਜਿਹੜੇ ਅੱਗੇ ਮੇਰਾ ਕੰਮ ਕਰਨ ਦਾ ਤਰੀਕਾ ਹੈ ਉਸੇ ਤਰ੍ਹਾਂ ਅੱਗੇ ਹੋ ਕੇ ਕੰਮ ਕਰਾਂਗਾ। ਤੁਹਾਡਾ ਮਸੌਦਾ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਮਿਲੀ। ਤਾਂ ਜਦੋਂ ਤੁਸੀਂ ਇੱਥੇ ਸੀ ਉਦੋਂ ਵੀ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ 'ਚ ਜੁਟੇ ਹੋਏ ਸੀ, ਅੱਜ ਉੱਥੇ ਵੀ ਤੁਸੀਂ ਆਪਣੇ ਸਮਾਜ ਦੀ ਸੇਵਾ ਕਰ ਰਹੇ ਹੋ, ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ। ਤੁਹਾਡੇ ਵਰਗੇ ਸਿਆਣੇ ਔਰ ਸੁਘੜ ਸੋਚ ਦੇ ਬੰਦਿਆਂ ਦੀ ਸਾਨੂੰ ਲੋੜ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਚਰਨਜੀਤ ਚੰਨੀ ਜੀ, ਬਹੁਤ ਬਹੁਤ ਤੁਸੀਂ ਆਪਣੇ ਜੇ ਮੈਮਰੀ ਮਿਹਰਬਾਨੀ। ਜ਼ਿੰਦਗੀ 'ਚੋਂ ਸਮਾਂ ਕੱਢਿਆ, ਸਾਡੇ ਸਰੋਤਾਂ ਦੀ ਐਨ ਬੇਬਾਕੀ ਨਾਲ ਗੱਲਾਂ ਕੀਤੀਆਂ। ਫਿਰ ਕਿਸੇ ਦਿਨ ਆਪ ਜੀ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਦੋਸਤੋ, ਇਹ ਸੀ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਦੇ ਨਾਲ ਐਕਸਕਲੂਸਿਵ ਗੱਲਬਾਤ।